ਸਤਿ ਸ਼੍ਰੀ ਅਕਾਲ ਜੀ, ਆਪਾਂ ਜਿਹੜਾ ਇਸ ਟਾਈਮ ਹੈਗੇ ਪ੍ਰੀਤ ਕਲੋਨੀ, ਇੱਕ ਸਟੇਡੀਅਮ ਹੈਗਾ, ਉੱਥੇ ਖੜ੍ਹੇ ਹੈਗੇ ਹਾਂ। ਉਹ ਇੱਥੇ ਇੱਕ ਜਿਹੜਾ ਮਸਲਾ ਇੱਕ ਥੋੜ੍ਹਾ ਜਿਹਾ ਜਿਹੜਾ ਭਖਿਆ ਹੋਇਆ, ਉੱਥੇ ਇਹ ਗੱਲ ਹੋਈ ਆ ਕਿ ਇੱਕ ਕੁੜੀ ਦਾ ਵਿਆਹ ਸੀਗਾ, ਰੁਲਦਾ ਸਿੰਘ ਕੋਈ ਹੈਗਾ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ, ਜੋ ਇੱਥੇ ਟੈਂਟ ਲਗਾ ਰਹੇ ਸੀਗੇ। ਪਰ ਇਹਨਾਂ ਦਾ ਕਹਿਣਾ ਹੈ ਕੁਛ ਲੋਕ, ਜਿਹਦੇ ਵਿੱਚ ਐਨ ਕੇ ਸ਼ਰਮਾ ਕੋਈ ਦੱਸਿਆ ਜਾ ਰਿਹਾ, ਕੋਈ ਆਰ ਐਸ ਐਸ ਦਾ ਬੰਦਾ ਹੈਗਾ ਕੋਈ, ਉਸ ਦਾ ਨਾਮ ਲਿਆ ਜਾ ਰਿਹਾ ਸੀ ਕਿ ਉਸਨੇ ਆ ਕੇ ਜਿਹੜਾ ਹੈਗਾ ਟੈਂਟ ਰੁਕਵਾ ਦਿੱਤਾ, ਜਿਸ ਦੇ ਵਿੱਚ ਇੱਥੇ ਦੇ ਐਮ ਸੀ ਜਿਹੜੇ ਹੈਗੇ ਆ, ਕੌਂਸਲਰ ਜਿਹੜੇ ਹੈਗੇ ਆ, ਭੁਪਿੰਦਰ ਕੁਮਾਰ, ਭੁਪਿੰਦਰ ਮਿੰਟੂ ਜੋ ਹੈਗਾ, ਉਸ ਦਾ ਨਾਮ ਵੀ ਲਿਆ ਜਾਂਦਾ ਕਿ ਭੁਪਿੰਦਰ ਮਿੰਟੂ ਦੇ ਬੰਦਿਆਂ ਨੇ ਜਿਹੜਾ ਇੱਥੇ ਹੈਗੇ ਪੁਲਿਸ ਭੇਜੀ ਹੈਗੀ ਆ। ਔਰ ਬੇਟੀ ਦਾ ਵਿਆਹ ਜਿਹੜਾ ਹੋ ਰਿਹਾ ਸੀ, ਇੱਕ ਬੇਟੀ ਦੀ ਸ਼ਾਦੀ ਵਾਸਤੇ ਜਿਹੜਾ ਟੈਂਟ ਲੱਗ ਰਿਹਾ ਉਹ ਰੁਕਵਾਇਆ। ਔਰ ਜਦੋਂ ਇੱਥੇ ਹੁਣ ਸਾਰੇ ਲੋਕ ਜਿਹੜੇ ਹੈਗੇ ਸ਼ਹਿਰ ਦੇ ਜਿਹੜੇ ਬੁੱਧੀਜੀਵੀ ਜਿਹੜੇ ਇੱਥੇ ਇਕੱਠੇ ਹੋਏ, ਤਾਂ ਫਿਰ ਹੁਣ ਉਹ ਬੰਦਾ ਜਿਹੜਾ ਹੈਗਾ ਮੌਕੇ ਤੋਂ ਕਹਿੰਦੇ ਹੈਗੇ ਆ ਚਲਾ ਗਿਆ ਇੱਥੋਂ, ਜਿਹੜਾ ਫਰਾਰ ਹੋ ਗਿਆ। ਔਰ ਹਜੇ ਵੀ ਜਿਹੜਾ ਇਹਨਾਂ ਨੂੰ ਸ਼ੱਕ ਹੈਗਾ ਕਿ ਜਿਹੜਾ ਵਿਆਹ ਜਿਹੜਾ ਹੈਗਾ ਹਜੇ ਸੰਪੰਨ ਹੁੰਦਾ ਕਿ ਨਹੀਂ ਹੁੰਦਾ, ਕੀ ਕਰਦੇ ਆ। ਕੋਈ ਪੁਲਿਸ ਅਧਿਕਾਰੀ ਵੀ ਇੱਥੇ ਕੁਛ ਕਹਿੰਦੇ ਮੌਕੇ 'ਤੇ ਆਏ, ਪੁਲਿਸ ਮੁਲਾਜ਼ਮ ਵੀ ਜਿਹੜੇ ਇੱਥੇ ਮੌਕੇ 'ਤੇ ਆਏ, ਔਰ ਉਹਨਾਂ ਨੇ ਇੱਥੇ ਰੋਕਣ ਲਈ ਕਿਹਾ ਗਿਆ। ਇਹ ਦੱਸਣਾ ਚਾਹੁੰਦੇ ਕਿ ਇੱਥੇ ਜਿਹੜਾ ਸਟੇਡੀਅਮ ਹੈਗਾ, ਕਾਫੀ ਪੁਰਾਣਾ ਸਟੇਡੀਅਮ ਹੈ ਇੱਥੇ ਪ੍ਰੀਤ ਕਲੋਨੀ ਦੇ ਵਿੱਚ ਪੈਂਦਾ ਹੈਗਾ। ਔਰ ਇੱਥੇ ਜਿਹੜਾ ਆਮ ਤੌਰ 'ਤੇ ਦੇਖਿਆ ਜਾਏ ਕਿ ਕਾਫੀ ਜਿਹੜੇ ਵਿਆਹ ਸਮਾਗਮ ਹੁੰਦੇ ਆ। ਔਰ ਇਹ ਜੇ ਕਾਂਗਰਸ ਹੀ ਦੱਸਿਆ ਜਾ ਰਿਹਾ ਕਿ ਕਾਂਗਰਸੀ ਸੀਗੇ, ਇਹ ਵੀ ਕਾਂਗਰਸ ਨੂੰ ਵੋਟਾਂ ਪਾਈਆਂ ਹੋਈਆਂ, ਪਰ ਜਿਹੜਾ ਰੋਕਿਆ ਗਿਆ ਉਹ ਕਾਂਗਰਸੀਆਂ ਵੱਲੋਂ ਰੋਕਿਆ ਗਿਆ। ਔਰ ਕੁਛ ਇੱਥੇ ਕਾਂਗਰਸੀ ਕੌਂਸਲਰ ਵੀ ਇੱਥੇ ਜਿਹੜੇ ਹੈਗੇ ਆ ਇੱਥੇ ਖੜ੍ਹੇ ਹੈਗੇ ਆ, ਵਾਰਡ ਨੰਬਰ 15 ਦੇ ਵੀ ਖੜ੍ਹੇ ਹੈਗੇ ਆ। ਔਰ ਪਰ ਇਹ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਹੈਗੀ ਆ, ਇਹ ਆਪਾਂ ਕਹਿ ਸਕਦੇ ਕਿ ਜਿਹੜੀ ਵਿਆਹ ਰੁਕਵਾਉਣ ਦਾ ਜਿਹੜਾ ਹੈਗਾ ਇੱਕ ਸਾਜਿਸ਼ ਕਿਹਾ ਜਾ ਸਕਦਾ, ਜਾਂ ਇੱਕ ਕੋਸ਼ਿਸ਼ ਕਿਹਾ ਜਾ ਸਕ ਕੀਤੀ ਗਈ ਹੈਗੀ ਆ। ਔਰ ਇਹਨਾਂ ਦੇ ਜਿਹੜੇ ਲੋਕ ਪਿੰਡ ਵਾਸੀ ਜਾਂ ਇੱਥੇ ਇਲਾਕਾ ਨਿਵਾਸੀ, ਉਹਨਾਂ 'ਚ ਰੋਸ ਪਾਇਆ ਜਾ ਰਿਹਾ। ਰੁਲਦਾ ਸਿੰਘ ਜੀ, ਕੀ ਪ੍ਰੋਬਲਮ ਆ ਰਹੀ ਹੈ? ਪ੍ਰੋਬਲਮ ਇਹ ਆ ਰਹੀ ਹੈ ਜੀ, ਸਟੇਡੀਅਮ ਹੈ, ਗਰਾਊਂਡ ਹੈ ਜੀ ਇੱਥੇ, ਮੇਰੀ ਬੇਟੀ ਦਾ ਵਿਆਹ ਹੈਗਾ ਜੀ। ਅੱਛਾ ਜੀ। ਕੱਲ੍ਹ ਬਰਾਤ ਆਉਣੀ ਹੈ ਜੀ, ਅਸੀਂ ਟੈਂਟ ਲਾ ਰਹੇ ਸੀ, ਇਹ ਵਿੱਚ ਦੋ ਚਾਰ ਬੰਦੇ ਆ ਗਏ, ਅਣੀ ਗਾੜ ਆਉਣ ਲੱਗ ਗਏ ਜੀ। ਕੌਣ ਆਇਆ ਸੀਗਾ? ਪਤਾ ਨਹੀਂ ਜੀ, ਕੋਈ ਉਰੇ ਹੈਗਾ ਜੀ, ਇੱਕ ਐਨ ਕੇ ਸ਼ਰਮਾ ਜੀ ਕੋਈ ਰਿਟਾਇਰਮੈਂਟ ਹੈਗਾ। ਹਾਂਜੀ। ਅੱਛਾ ਜੀ, ਕੀ ਕਹਿੰਦੇ? ਉਹ ਕਹਿੰਦੇ ਇੱਥੇ ਇਹ ਅਸੀਂ ਲਾਣ ਨਹੀਂ ਦਿੰਦੇ ਜੀ, ਕਹਿੰਦਾ ਮੈਂ ਪ੍ਰਧਾਨ ਹਾਂ ਇੱਥੇ ਦਾ ਜੀ। ਅੱਛਾ, ਕੋਈ ਐਮ ਸੀ ਨੇ ਵੀ ਕਿਹਾ ਕੁਛ? ਨਹੀਂ ਜੀ, ਨਹੀਂ, ਐਮ ਸੀ ਸਾਰੇ ਨਾਲ ਆ ਜੀ, ਉਹ ਕਹਿ ਰਹੇ ਵੀ ਲਾਓ ਤੁਸੀਂ, ਅਸੀਂ ਖੜੇ ਹਾਂ ਜੀ। ਨਹੀਂ, ਜਿਹੜੇ ਮੌਂਟੂ ਦਾ ਨਾਮ ਲੈ ਰਹੇ ਆ। ਹਾਂਜੀ, ਕੌਂਸਲਰ ਦਾ। ਹਾਂਜੀ, ਉਹ ਕਹਿੰਦੇ ਉਹਨੇ ਆਣ ਕੇ ਰੋਕਿਆ ਹੋਇਆ ਕੁਛ? ਨਹੀਂ ਜੀ, ਉਹਨਾਂ ਨੇ ਨਹੀਂ ਰੋਕਿਆ ਜੀ, ਉਹਦੇ ਬੰਦੇ ਹੀ ਆ ਬਸ ਇਹ। ਅੱਛਾ। ਹਾਂਜੀ, ਪੁਲਿਸ ਕਿਹਨੇ ਭੇਜੀ ਸੀਗੀ? ਪੁਲਿਸ ਪਤਾ ਨਹੀਂ ਜੀ, ਮੈਨੂੰ ਲੱਗਦਾ ਮੌਂਟੀ ਨੇ, ਉਹਨੇ ਨਹੀਂ ਭੇਜੀ ਹੈ ਜੀ। ਮੈਨੂੰ ਇਹ ਹੈਗਾ ਵੀ ਜਿਹੜੇ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਮੌਂਟੀ ਭਜਾਇਆ। ਕੀ ਤੁਸੀਂ ਕਾਂਗਰਸ ਦੀਆਂ ਵੋਟਾਂ ਨਹੀਂ ਪਾਈਆਂ? ਪਾਈਆਂ ਜੀ, ਕੱਟੜ ਕਾਂਗਰਸ, ਕਾਂਗਰਸ ਨੂੰ ਵੋਟਾਂ ਪਾਈਆਂ ਅਸੀਂ। ਦਿਨ ਪਤਾ ਨਹੀਂ ਕੀ ਗੱਲ ਆ ਜੀ, ਕਿਆ ਅਸੀਂ ਗਰੀਬ ਆਦਮੀ ਆ ਜੀ। ਅੱਛਾ ਜੀ। ਪੰਜ ਮਹੀਨੇ ਪਹਿਲਾਂ ਮੇਰੀ ਘਰ ਦੇ ਪੂਰੇ ਹੋ ਗਏ ਜੀ ਕਰੋਨਾ 'ਚ। ਅੱਛਾ। ਹੁਣ ਮੈਂ ਵਿਆਹ ਕਰਨ ਲੱਗਿਆ ਵੀ ਚਲੋ ਉਰੇ ਲਾਉਣ ਦੀ ਜਗ੍ਹਾ, ਗਰਾਊਂਡ ਹੈਗਾ ਜੀ। ਅੱਜ ਟੈਂਟ ਲਾਉਣ ਲੱਗੇ ਸੀ? ਹਾਂਜੀ, ਅੱਜ ਲਾਉਣ। ਅੱਜ ਹੀ ਰੋਕਦੇ? ਹਾਂਜੀ। ਹੁਣ ਲਾ ਰਹੇ ਹੋ ਤੁਸੀਂ? ਹਾਂਜੀ, ਹੁਣ ਲਾ ਰਹੇ ਹਾਂ ਜੀ। ਅਸੀਂ ਕਿਹਾ ਜੀ ਫਿਰ ਵੀ ਤੁਸੀਂ ਆ ਜਾਓ, ਜਿਹੜੇ ਨੇ ਆਣਾ ਰੋਕਣਾ। ਅੱਛਾ, ਵੀ ਦੇਖੀ ਜਾਊਗੀ ਜਾਂ ਜੋ ਕਰਨਾ ਤੁਸੀਂ ਕਰੋ। ਕੀ ਕਹਿੰਦੇ ਫਿਰ ਉਹ? ਬਲਾਂਗੇ ਜੀ ਫਿਰ। ਅੱਛਾ। ਹਾਂਜੀ, ਇੱਥੇ ਆਦਰਸ਼ ਕਲੋਨੀ ਦੀ ਕੁੜੀ ਦਾ ਵਿਆਹ ਸੀ ਹੈਗਾ ਕੱਲ ਨੂੰ, ਤੇ ਕੱਲ ਟੈਂਟ ਲਾਣ ਲੱਗੇ ਸੀਗੇ, ਟੈਂਟ ਉਹਨਾਂ ਨੇ ਤਰਵਾਤਾ ਆ ਕੇ। ਕਿਹਨਾਂ ਨੇ ਤਰਵਾਤਾ ਜੀ? ਇਹ ਮੌਂਟੂ ਭਾਜੀ ਦੇ ਬੰਦੇ ਹੈਗੇ, ਇੱਥੇ ਆਰ ਐਸ ਐਸ ਦੀ ਸ਼ਾਖਾ ਲਾਉਂਦੇ ਆ। ਮੌਂਟੂ ਕੌਣ ਹੈ ਜੀ? ਮੌਂਟੂ ਐਮ ਸੀ ਹੈ, ਵਾਰਡ ਨੰਬਰ 16। ਵਾਰਡ ਨੰਬਰ 16, ਪੂਰਾ ਨਾਮ ਕੀ ਹੈ? ਭੁਪਿੰਦਰ ਸਿੰਘ ਦਾ ਮੋਤਰੀ। ਅੱਛਾ, ਇਹ ਕਾਂਗਰਸੀਆਂ ਨੂੰ ਪਵਾਤਾ? ਹਾਂਜੀ, ਕਾਂਗਰਸ ਦੇ ਹੈਗੇ ਆ ਉਹ, ਤੇ ਉਹ ਉਹਨਾਂ ਦੇ ਹੈਗੇ ਆਰ ਐਸ ਐਸ ਸ਼ਾਖਾ ਦੇ ਹੈਗੇ ਬੰਦੇ, ਐਨ ਕੇ ਸ਼ਰਮਾ, ਉਹ ਆ ਕੇ ਟੈਂਟ ਕੱਲ ਉਤਰਵਾ ਗਏ ਇੱਥੋਂ। ਤੇ ਹੁਣ ਕੁੜੀ ਦਾ ਵਿਆਹ ਹੈ, ਉਹਨਾਂ ਨੇ ਐਡਰੈਸ ਦਿੱਤਾ ਹੋਇਆ, ਸਾਰਾ ਕੁਝ ਕਰਿਆ ਹੋਇਆ, ਤੇ ਇਹ ਤਾਂ ਗਲਤ ਗੱਲ ਹੈ। ਅਗਰ ਟੈਂਟ ਰੁਕਵਾ ਰਹੇ, ਕਾਰਨ ਕੀ ਹੈ ਜੀ? ਕਿ ਅਸੀਂ ਇੱਥੇ ਖੇਡਣਾ ਹੁੰਦਾ, ਖੇਡਦੇ ਆ ਤਾਂ ਵਿਆਹ ਨਹੀਂ ਹੋਣੇ ਚਾਹੀਦੇ ਹੈਗੇ। ਉਹ ਸਟੇਡੀਅਮ, ਸਟੇਡੀਅਮ ਹੈ ਵੀ, ਇੱਥੇ ਖੇਡਣਾ ਹੁੰਦਾ, ਵਿਆਹ ਨਹੀਂ ਹੋਣੇ ਚਾਹੀਦੇ ਹੈਗੇ। ਹੁਣ ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਉਹ ਕਿੱਥੇ ਜਾਣ ਵਿਆਹ ਕਰਨ ਵਾਸਤੇ? ਉਹ ਤਾਂ ਗਰੀਬ ਲੋਕ ਹੈਗੇ, ਉਹਨਾਂ ਨੇ ਕੱਲ ਦਾ ਟੈਂਟ ਲਿਆਉਣਾ ਵੀ ਕੋਈ ਆਸਾਨ ਨਹੀਂ ਹੈਗਾ। ਜੇ ਅਸੀਂ ਕਹੀਏ ਹਜ਼ਾਰਾਂ 'ਚ ਖਰਚਾ ਹੋ ਜਾਂਦਾ, ਆਪਾਂ ਖਰਚਾ ਕਰਕੇ ਉਰੇ ਲੈ ਕੇ ਆ ਰਹੇ ਹਾਂ, ਫਿਰ ਉਹਨੂੰ ਤਰਵਾ ਕੇ ਆਪਾਂ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹਾਂ, ਇੰਨਾ ਆਸਾਨ ਹੈ? ਨਾਲੇ ਤਾਂ ਧੀ ਦਾ ਵਿਆਹ ਹੈ। ਇਹ ਜਗ੍ਹਾ ਕਿਹੜੀ ਹੈ ਜੀ? ਇਹ ਜਗ੍ਹਾ ਸੁਖਨਾ ਕਲੋਨੀ ਸਟੇਡੀਅਮ ਹੈ। ਸਟੇਡੀਅਮ ਹੈ, ਸਰਕਾਰੀ ਹੈ? ਸਰਕਾਰੀ ਸਟੇਡੀਅਮ ਹੈ, ਵਾਰਡ ਨੰਬਰ 15 ਚ ਆਉਂਦਾ ਇਹ। ਤੁਸੀਂ ਸਰਕਾਰੀ ਜਗ੍ਹਾ ਲਗਾ ਰਹੇ ਸੀ, ਤੁਹਾਨੂੰ ਐਮ ਸੀ ਨੇ ਰੋਕਤਾ? ਹਾਂਜੀ।
ਵਾਰਡ ਨੰਬਰ ਕਿਹੜਾ ਉਹਨਾਂ ਦਾ ਐਮਸੀ ਦਾ ਜੀ 16 ਨੰਬਰ ਵਾਰਡ ਠੀਕ ਤੇ ਤੁਸੀਂ ਇਹਦੀ ਸ਼ਿਕਾਇਤ ਕੀਤੀ ਕੋਈ ਆਪਣਾ ਪ੍ਰਧਾਨ ਨੂੰ ਨਗਰ ਕੌਂਸਲ ਪ੍ਰਧਾਨ ਨੂੰ ਜਾਂ ਕਿਸੇ ਨੂੰ ਇਹਦੇ ਬਾਰੇ ਜੀ ਅਸੀਂ ਸ਼ਿਕਾਇਤ ਨਹੀਂ ਕੀਤੀ ਜੀ ਉਹਨਾਂ ਨੇ ਸਾਡੀ ਸ਼ਿਕਾਇਤ ਕੀਤੀ ਸਾਡੇ ਕੋਲ ਵਾਰ ਵਾਰ ਪੁਲਿਸ ਵਾਲੇ ਵੀ ਆ ਰਹੇ ਆ ਪੁਲਿਸ ਪ੍ਰਸ਼ਾਸਨ ਨੂੰ ਭੇਜ ਰਹੇ ਆ ਮੋਂਟੂ ਜੀ ਕਦੀ ਕਿਸੇ ਨੂੰ ਭੇਜਦੇ ਆ ਹਜੀ ਉਹਨਾਂ ਦੇ ਬੰਦੇ ਆਏ ਸੀ ਉਹਨਾਂ ਨੂੰ ਜਿਸ ਤਰ੍ਹਾਂ ਹੀ ਅਸੀਂ ਸਾਰੇ ਇਕੱਠੇ ਹੁੰਦੇ ਆ ਉਹ ਚਲੇ ਜਾਂਦੇ ਆ ਜਦ ਪਰਿਵਾਰ ਹੁੰਦਾ ਉਰੇ ਇਕੱਲਾ ਵਿਆਹ ਜਿਨ੍ਹਾਂ ਦੇ ਘਰੇ ਵਿਆਹ ਹੈ ਉਹ ਤਦ ਉਹਨਾਂ ਨੂੰ ਆ ਕੇ ਪਰੇਸ਼ਾਨ ਕਰ ਰਹੇ ਆ ਵਾਰ ਵਾਰ ਪੋਲੀਟੀਕਲੀ ਪ੍ਰੈਸ਼ਰ ਲਾ ਲਓ ਭਾਜੀ ਆ ਆਪਣਾ ਪ੍ਰੈਸ਼ਰ ਲਾ ਲਓ ਕੀ ਹੈ ਮੈਨੂੰ ਨਹੀਂ ਸਮਝ ਔਰ ਉਹ ਆਪ ਕਹਿ ਰਹੇ ਹੈ ਕਿ ਤੁਸੀਂ ਮੇਰੇ ਦਫ਼ਤਰ ਆ ਜਾਓ ਅਸੀਂ ਇਹ ਟੈਂਟ ਲਵਾ ਦਾਂਗੇ ਮਤਲਬ ਉਹ ਇੱਕ ਤਰ੍ਹਾਂ ਤੋਂ ਇਹ ਚਾਹ ਰਹੇ ਕਿ ਜਿਸ ਤਰ੍ਹਾਂ ਆਪਣਾ ਇੱਕ ਪ੍ਰੈਸਟੀਜ ਇਸ਼ੂ ਲਾ ਲਓ ਜਾਂ ਆਪਣੀ ਹਿੰਡ ਲਗਾ ਲਓ ਕਿ ਮੈਂ ਹੀ ਕਰਾ ਸਕਦਾ ਹੋਰ ਕੋਈ ਨਹੀਂ ਕਰਾ ਸਕਦਾ ਵਾਰਡ ਨੰਬਰ ਤਾਂ ਹੈਗਾ 15 ਭਾਜੀ ਵਾਰਡ ਨੰਬਰ 15 ਦੇ ਵਿੱਚ ਪੈਂਦਾ 16 ਨੰਬਰ ਤੋਂ ਕੁਝ ਕਰ ਨਹੀਂ ਸਕਦਾ ਭਾਈ ਉਹ ਭਾਜੀ ਉਹਨਾਂ ਦਾ ਸੁਣੋ ਮੇਰੇ ਹਿਸਾਬ ਤੇ ਤਾਂ ਬਾਤ ਇਹ ਹੈ ਕਿ ਚਾਹੇ 15 ਕੀ ਹੈ ਚਾਹੇ 16 ਕੀ ਹੈ ਚਾਹੇ 1 ਕੀ ਹੈ ਉੜੀ ਸਭ ਕੀ ਸਾਂਝੀ ਹੈ ਗਰੀਬ ਬੇਟੀ ਸਭ ਕੀ ਸਾਂਝੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜਹਾਂ ਸਗਵਾ ਉਮਾ ਦਾ ਹੈ ਕਿ ਭਾਈ ਤੇਰੇ ਆਉਂਗਾ ਮੈਂ ਤੈਨੂੰ ਸ਼ਗਨ ਦੇ ਕੇ ਵੀ ਜਾਊਂਗਾ ਕੁੜੀ ਹੈ ਤੂੰ ਸਾਡੀ ਸੁਨੀਲ ਵੀ ਜੀ ਤਾਂ ਤੁਸੀਂ ਵੀ ਕਾਂਗਰਸੀ ਹੈ ਜਿੰਨੇ ਸਾਰੇ ਭਾਈ ਕਿਹੜੇ ਕਾਂਗਰਸੀ ਹੈ ਸਾਰੇ ਹੈ ਨਾ ਉਹ ਵੀ ਕਾਂਗਰਸੀ ਹੈ ਉਹ ਵੀ ਕਾਂਗਰਸੀ ਹੈ ਤੇ ਜੇ ਕਾਂਗਰਸ ਦੇ ਰਾਜ 'ਚ ਕਾਂਗਰਸ ਨਾਲ ਹੀ ਧੱਕਾ ਹੋ ਰਿਹਾ ਫਿਰ ਬਾਕੀਆਂ ਨਾਲ ਮਨ ਦੁਖੀ ਹੈ ਫਿਰ ਭਾਈ ਮਨ ਤਾਂ ਬਹੁਤ ਦੁਖੀ ਹੈ ਜੀ ਮੈਂ ਤੁਸੀਂ ਇਸ ਬਾਰੇ ਸ਼ਿਕਾਇਤ ਕਰੋ ਜੀ ਸ਼ਿਕਾਇਤਾਂ ਤਾਂ ਸਾਰੀ ਜਗ੍ਹਾ ਕਰ ਲਈ ਭਾਈ ਸਾਹਿਬ ਜੀ ਸੁਣਵਾਈ ਨਹੀਂ ਪੰਜ ਵਿਆਹ ਪਹਿਲਾਂ ਰੁਕਵਾਏ ਆਪਾਂ ਇਹ ਨਹੀਂ ਕਹਿੰਦੇ ਵੀ ਠੀਕ ਹੈ ਅਗਰ ਇਹਨਾਂ ਨੂੰ ਪ੍ਰੋਬਲਮ ਹੈ ਕਿ ਹਾਂ ਵਿਆਹ ਨਹੀਂ ਹੋਣੇ ਚਾਹੀਦੇ ਠੀਕ ਹੈ ਜਾਇਜ਼ ਆਪਾਂ ਰੋਕ ਦੇ ਕੋਈ ਬਾਤ ਨਹੀਂ ਪਰ ਸਬਸਟੀਟਿਊਟ ਤਾਂ ਦੋ ਇਹ ਵਿਆਹ ਕਰਨ ਕਹਾਂ ਜਾਣਗੇ ਗਰੀਬ ਤਬਕੇ ਦੇ ਲੋਕ ਹੈ ਇਹ ਰੋਗ ਰਹੇ ਸਿਰਫ ਆਰਐਸਐਸ ਕਰਕੇ ਉਹ ਜੀ ਆਰਐਸਐਸ ਕਰਕੇ ਕੁਝ ਕਹਿੰਦੇ ਕਿ ਸਾਨੂੰ ਨਾ ਜੀ ਕਹ ਰਹੇ ਹਾਂ ਘੁੰਮਣੇ 'ਚ ਦਿੱਕਤ ਆਉਂਦੀ ਹੈ ਕਿ ਅਗਰ ਯਹਾਂ ਸ਼ਾਦੀ ਵਿਆਹ ਹੋਏ ਠੀਕ ਹੈ ਬਾਈ ਹਮ ਥਾਰੇ ਦਿੱਕਤ ਵਾਸਤੇ ਘੁੰਮਣੇ ਵਾਸਤੇ ਟਰੈਕ ਬਣਿਆ ਵਾ ਉੱਥੇ ਤੁਹਾਨੂੰ ਕੋਈ ਵੈਸੇ ਕੋਈ ਨਹੀਂ ਭਾਈ ਸਾਹਿਬ ਆਪ ਸ਼ਾਮ ਕੇ ਟਾਈਮ ਕਦੀ ਵੀ ਆਏ ਹਾਂ ਜੋ ਵੀ ਤਰ੍ਹਾਂ ਦਾ ਗਲਤ ਕੰਮ ਹੈ ਇਸ ਸਟੇਡੀਅਮ 'ਚ ਹੁੰਦਾ ਕਿੱਦਾਂ ਕਿਸ ਤਰ੍ਹਾਂ ਨਸ਼ੇ ਪੱਤੇ ਇੱਥੇ ਹੁੰਦੇ ਠੀਕ ਹੈ ਹੁਣ ਤੀਆਂ ਭੈਣਾਂ ਖੜੀਆਂ ਗਲਤ ਕੰਮ ਜਿਸ ਤਰ੍ਹਾਂ ਦਾ ਮੈਂ ਕਹਿ ਸਕਦਾ ਕਿ ਆਪ ਨੂੰ ਕਹਿ ਦੇ ਵੀ ਜੋ ਵੀ ਗਲਤ ਕੰਮ ਹੈ ਉਹ ਸਾਰੇ ਹੁੰਦੇ ਇੱਥੇ ਥਾਣਾ ਦੇ 100 ਮੀਟਰ ਦੀ ਦੂਰੀ ਤੇ ਪ੍ਰਸ਼ਾਸਨ ਕਹਾਂ ਕਹਾਂ ਕਰੇ ਜਾਗਰੂਕ ਤਾਂ ਆਪਾਂ ਨੂੰ ਹੋਣਾ ਪਊਗਾ ਪ੍ਰਸ਼ਾਸਨ ਕਿੰਨਾ ਕੁ ਰੋਕੇਗਾ ਕਿਸੇ ਚੀਜ਼ ਨੂੰ ਠੀਕ ਹੈ ਏਡਾ ਬੜਾ ਸ਼ਹਿਰ ਹੈ 1.5 ਲੱਖ ਦੀ ਆਬਾਦੀ ਹੈ 2.5 ਲੱਖ ਦੀ ਆਬਾਦੀ ਸ਼ਹਿਰ ਕੀ ਕਹਾਂ ਕਹਾਂ ਪ੍ਰਸ਼ਾਸਨ ਆਪਣੀ ਉਹ ਮੌਜੂਦਗੀ ਦਰਜ ਕਰਾਊਗਾ ਜਦ ਆਪਾਂ ਵਿਆਹ ਰੋਕ ਸਕਦੇ ਹਾਂ ਕਿਸੇ ਗਰੀਬ ਘਰ ਕੁੜੀ ਕਾ ਹੁੰਦਾ ਵਾ ਕਿਸੇ ਨਸ਼ੇੜੀ ਨੂੰ ਰੋਕ ਸਕਦੇ ਇਹ ਕਿ ਜ਼ਿੰਮੇਵਾਰੀ ਆਪਣੀ ਨਹੀਂ ਬਣਦੀ ਅਗਰ ਇੱਥੇ ਵੀ ਐਸ ਐਚ ਓ ਸਾਹਿਬ ਆ ਗਏ ਕੋਈ ਹੋਰ ਪੁਲਿਸ ਵਾਲਾ ਆ ਗਿਆ ਇਸ ਨੂੰ ਕਹੇਗਾ ਕਿ ਉਹ ਨਸ਼ੇ ਵਾਲੇ ਨੂੰ ਪਕੜੋ ਆਪਾਂ ਸ਼ਿਕਾਇਤ ਕਰੂੰਗੇ ਤਾਂ ਉਹ ਆਊਂਗੇ ਆਪਾਂ ਉਸ ਟਾਈਮ ਅੱਖਾਂ ਮੂੰਹ 'ਚ ਲੈਂਦੇ ਹਾਂ ਜੇ ਕਿਸੇ ਦਾ ਵਿਆਹ ਹੋ ਰਿਹਾ ਫਿਰ ਗਈ ਆ ਦੇਖੋ ਜੀ ਉਹਨਾਂ ਨੇ ਤਾਂ ਕਿਹਾ ਕਿ ਸਾਡੇ ਦਫ਼ਤਰ ਆ ਕੇ ਗੱਲ ਕਰੋ ਆਪਾਂ ਵਿਆਹ ਆਉਣ ਦਾਂਗੇ ਪਰ ਆਪਾਂ ਕਿਉਂ ਜਾਈਏ ਕਿਸੇ ਦੇ ਦਫ਼ਤਰ ਬਾਈ ਜਗ੍ਹਾ ਮਾਰੀ ਸਰਕਾਰ ਮਾਰੀ ਚੁਣ ਕੇ ਹਮੇ ਭੇਜੇ ਕੌਂਸਲ ਮਾਰੀ ਠੀਕ ਹੈ ਜੋ ਕੋਈ ਲੀਗਲ ਕਾਰਵਾਈ ਹੋਈ ਉਹ ਕਰ ਲਵਾਂਗੇ ਉਸ ਤੋਂ ਬਾਅਦ ਜਨਤਾ ਜਨਾਰਦਨ ਹੈ ਜੋ ਇਹਨਾਂ ਤੋਂ ਹੁੰਦਾ ਉਹ ਹੈ ਕਰ ਲਵਾਂਗੇ ਇੱਕ ਛੋਟੀ ਜਿਹੀ ਕਨਫਿਊਜ਼ਨ ਹੋ ਰਿਹਾ ਇਹਨਾਂ ਕੇ ਸ਼ਰਮਾ ਦਾ ਨਾਮ ਲੈ ਰਹੇ ਹਨ ਕੇ ਸ਼ਰਮਾ ਕੌਣ ਹੈ ਨਹੀਂ ਨਹੀਂ ਉਹ ਇਹਨਾਂ ਸ਼ਰਮਾ ਨਹੀਂ ਹੈ ਇਹ ਆਪਣੇ ਸ਼ਰਮਾ ਜੋ ਹੈ ਇਹ ਇੱਕ ਆਰਐਸਐਸ ਦਾ ਆਪਣੇ ਆਪ ਨੂੰ ਸਦੱਸਿਆ ਹੈ ਪ੍ਰੀਤ ਕਲੋਨੀ ਦੇ ਆਪਾਂ ਨੂੰ ਆਰਐਸਐਸ ਤੋਂ ਕੋਈ ਸਮੱਸਿਆ ਨਹੀਂ ਹੈ ਠੀਕ ਹੈ ਆਪਾਂ ਨੂੰ ਕੋਈ ਮਤਲਬ ਨਹੀਂ ਹੈ ਪਰ ਇੱਕ ਉਹ ਟੈਗ ਲਗਾ ਉਹ ਆਰਐਸਐਸ ਦਾ ਉਸ ਤੇ ਆਪਾਂ ਨੂੰ ਕੋਈ ਸਮੱਸਿਆ ਨਹੀਂ ਹੈ ਚਲੋ ਉਹ ਵੀ ਇੱਕ ਬੰਦਾ ਹੈ ਪਰ ਜਿਹੜੀ ਕੀ ਸੋਚ ਹੈ ਆਪਾਂ ਨੂੰ ਸਮੱਸਿਆ ਉਸ ਤੋਂ ਕਿ ਕਿਸੇ ਦੇ ਵਿਆਹ ਸ਼ਾਦੀ ਰੋਕਣਾ ਗਲਤ ਹੈ ਇਹ ਨਾ ਰੋਕਿਆ ਕਰੋ ਠੀਕ ਹੈ ਜੀ ਥਰੇ ਹੋਆ ਅੱਛਾ ਕਰ ਲੇ ਕਰੋ ਨਹੀਂ ਹੋ ਕਰਾ ਨਾ ਕਰੇ ਨਾ ਕਰੋ ਕਿਸੇ ਦਾ ਬੁਰਾ ਨਾ ਕਰੋ 30 ਦਿਨ ਕੇ ਵਿਆਹ ਮਤ ਵੈਸੇ ਨਾ ਕਰੋ ਕਿਸੇ ਦੇ ਛੋਕਰੇ ਛੱਲੇਗਾ ਉਹ ਕਹਾਂਗੇ ਗਲੀ ਮਲੇਗਾ ਟੈਂਟ ਕਰ ਲੇ ਦੂਸਰੇ ਕੀ ਵਿਆਹ ਉਹ ਕਹਿ ਕਰਾ ਬਰਾਤ ਆਵਾਗੀ ਉਹ ਥਾਰੇ ਹੀ ਸ਼ਹਿਰ ਦਾ ਗੁਣਗਾਨ ਕਰ ਕੇ ਜਾਏਗੀ ਵਿਆਹ ਕਿਹਦਾ ਜੀ ਰੁਲਦੇ ਦੀ ਕੁੜੀ ਰੁਲਦੇ ਦੀ ਕੁੜੀ ਜਾਏ ਖੜਾ ਗਰੀਬ ਆਦਮੀ ਵਿਚਾਰਾ ਉਹ ਟੈਂਟ ਲਵਾ ਰਿਹਾ ਜੀ ਬੇਡੀ ਨਹੀਂ ਪ੍ਰੀਤ ਕਲੋਨੀ ਚ ਕੋਈ ਉਹ ਹੈ ਤੁਸੀਂ ਟੈਂਟ ਤੁਹਾਡਾ ਨਾਂ ਲੈ ਰਹੇ ਆ ਇਹ ਵੀ ਟੈਂਟ ਨਹੀਂ ਲੱਗਣ ਦੇ ਰਹੇ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਸਵੇਰੇ ਸ਼ਾਮ 500-400 ਮੰਨ ਲੋ ਬੰਦਾ ਇੱਥੇ ਸੈਰ ਕਰਦਾ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਠੀਕ ਹੈ ਤੇ ਪਹਿਲਾਂ ਜਦੋਂ ਵਿਆਹ ਹੁੰਦੇ ਸੀਗੇ ਤਾਂ ਈਵਨ ਕਿ ਇੰਨੀ ਕੁ ਗੰਦਗੀ ਮੱਚ ਜਾਂਦੀ ਹੈ ਨਾ ਕੋਈ ਉਹਨੂੰ ਮੁੜ ਕੇ ਚੱਕਦਾ ਹੈ ਨਾ ਕੁਛ ਹੋਰ ਕੁੱਤੇ ਡੰਗਰ ਮੰਨ ਲਓ ਆ ਤੁਹਾਡਾ ਪਸ਼ੂ ਸਾਰੇ ਅੰਦਰ ਆਉਂਦੇ ਆ ਉਸ ਗੰਦਗੀ ਕਰਕੇ ਠੀਕ ਹੈ ਤੇ ਅਸੀਂ ਤਾਂ ਸਿਟੀ ਨੂੰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਈਵਨ ਕਿ ਇਹਨਾਂ ਨੂੰ ਤਾਂ ਆਪਸ਼ਨ ਵੀ ਦਿੱਤੀ ਵੀ ਯਾਰ ਤੁਸੀਂ ਹੋਰ ਜਗ੍ਹਾ ਤੇ ਤੁਹਾਨੂੰ ਕੋਈ ਇੰਤਜ਼ਾਮ ਕਰਾ ਦਿੰਦੇ ਹਾਂ ਜ਼ਿੱਦ ਨਾ ਹੋਵੇ ਇਹਨਾਂ ਚੀਜ਼ਾਂ ਦੇ ਵਿੱਚ ਪਰ ਅਗਰ ਕੋਈ ਜ਼ਿੱਦੀ ਬਣ ਕੇ ਕਰਨਾ ਚਾਹੁੰਦਾ ਫਿਰ ਹੁਣ ਕੀ ਕਰ ਸਕਦੇ ਹਾਂ ਉਹਦੇ ਚ ਨਹੀਂ ਇਹ ਵਾਰਡ ਨੰਬਰ 15 ਚ ਹੈ 16 ਚ ਜੀ ਇਹ ਵਾਰਡ ਨੰਬਰ 16 ਦੇ ਵਿੱਚ ਪੈਂਦਾ ਜੀ ਤੇ ਵਾਰਡ ਨੰਬਰ 15 ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇੱਥੇ 15 ਦੇ ਉਹ ਖੜੇ ਆਪਣੇ ਕੋਲ ਕਾਉਂਸਲਰ ਉਹ ਤਾਂ ਕਹੇ ਵੀ ਇਹ ਵਾਰਡ ਨੰਬਰ 15 ਚ ਪੈਂਦਾ ਦੇਖੋ ਜੀ ਕਾਉਂਸਲਰ ਦਾ ਮੈਨੂੰ ਨਹੀਂ ਪਤਾ ਕਿਵੇਂ ਖੜਾ ਹੈ ਕਿਵੇਂ ਨਹੀਂ ਤਾਂ ਤੁਸੀਂ ਫੈਕਟ ਹੈ ਤਾਂ ਤੁਸੀਂ ਚਾਹੇ ਕੱਲ ਨੂੰ ਕਮੇਟੀ ਦਫ਼ਤਰ ਖੁੱਲ ਜਾਣਾ ਸਵੇਰੇ ਚੈੱਕ ਕਰਾ ਲਿਓ ਚਾਹੇ ਤੁਸੀਂ ਉਹਦਾ ਆਰਟੀਆਈ ਨਾਲ ਲੈ ਲਓ ਵਾਰਡ ਨੰਬਰ 15 ਦਾ ਦੂਰ ਦੂਰ ਤੱਕ ਨਾ ਇਹਦੇ ਨਾਲ
अच्छा एक कह रहे थे मेरे तो इथे पुलिस भी तुसी है, मतलब तुसी है करवाया सी रिक्वायर तुसी है। देखो जी बिना बिना किसी परमिशन तो जे कोई काम होऊगा तो और साडे कोल की चीज है, और असि किसी दे जाके डांग ता मारनी नहीं, ना असि किसी नाल कोई गलत करना, तो फिर अगर हुण होर साडे कोल ऑप्शंस की ने। ठीक है, हां जी हां, चलो ठीक है जी।